ਸਤਸ੍ਰੀ ਅਕਾਲ ਪੰਜਾਬ ਮੇਲ ਯੂਐਸਏ ਪ੍ਰੋਗਰਾਮ ਪੰਜਾਬ ਚਰਚਾ ਪੰਜਾਬ ਚਰਚਾ ਦੀ ਇਸ ਗੱਡੀ ਦੇ ਵਿੱਚ ਮੇਰੇ ਨਾਲ ਨੇ ਅਸ਼ੋਕ ਮਹਿਰਾ ਜਿਹੜੀ ਕਿ ਸੰਸਥਾ ਚਲਾਉਂਦੇ ਨੇ ਪੁਨਰਜੋਤ ਪੁਨਰਜੋਤ ਸੰਸਥਾ ਜਿਹੜੀ ਹੈ ਅੰਗਦਾਨ ਦੇ ਉੱਤੇ ਕੰਮ ਕਰਦੀ ਹੈ ਸਰ ਤੁਹਾਡਾ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਤੇ ਥੈਂਕ ਯੂ ਸਰ ਪਹਿਲਾਂ ਤੇ ਇਹ ਦੱਸੋ ਤੁਸੀਂ ਪੁਨਰਜੋਤ ਸੰਸਥਾ ਦੇ ਨਾਲ ਕਿੱਦਾਂ ਜੁੜੇ ਹੋ ਇਹ ਸੰਸਥਾ ਕੀ ਕੰਮ ਕਰਦੀ ਹੈ ਤੇ ਕਿੱਥੇ-ਕਿੱਥੇ ਇਹ ਸੰਸਥਾ ਜਿਹੜੀ ਹੈ ਐਕਟਿਵ ਹੈ ਜਰੂਰ ਜੀ ਮੈਂ 1991 ਵਿੱਚ ਆਪਣੀ ਜਿਹੜੀ ਪੜ੍ਹਾਈ ਇੱਥੋਂ ਫਿਨਿਸ਼ ਕਰਕੇ ਇੰਗਲੈਂਡ ਵਿੱਚ ਅੱਗੇ ਪੜ੍ਹਨ ਲਈ ਚਲਾ ਗਿਆ ਸੀ ਹ ਉੱਥੇ 20 ਸਾਲ ਮੈਂ ਕੰਮ ਕੀਤਾ ਐਸ ਬ੍ਰਿਟਿਸ਼ ਸਿਟੀਜ਼ਨ ਤੇ 20 ਸਾਲ ਬਾਅਦ ਮੇਰੇ ਮਨ ਦੇ ਵਿੱਚ ਇਹ ਆਇਆ ਕਿ ਮੈਨੂੰ ਆਪਣੇ ਦੇਸ਼ ਲਈ ਜਾਂ ਆਪਣੇ ਸਮਾਜ ਲਈ ਕੁਝ ਕਰਨਾ ਚਾਹੀਦਾ ਸੋ ਮੈਂ ਵਾਪਸ ਆਇਆ ਆਣਕੇ ਮੈਂ ਕੁਝ ਇਦਾਂ ਦਾ ਕਰਨਾ ਚਾਹੁੰਦਾ ਸੀ ਕਿ ਜਿਹਦੇ ਨਾਲ ਕਿ ਕਿਸੇ ਨੂੰ ਇਨਸਟੈਂਟ ਬੈਨੀਫਿਟ ਹੋ ਸਕੇ ਜੀ ਸੋ ਮੈਂ 6 ਮਹੀਨੇ ਰਿਸਰਚ ਕੀਤੀ ਤੇ ਮੈਂ ਇੱਕ ਪੁਨਰਜੋਤ ਸੰਸਥਾ ਦੇ ਡਾਕਟਰ ਰਮੇਸ਼ ਜੀ ਨੇ ਲੁਧਿਆਣੇ ਵਿੱਚ ਜਿਹੜੇ ਲੋਕਾਂ ਦੀ ਮਰਨ ਤੋਂ ਬਾਅਦ ਜਿਹੜੀਆਂ ਅੱਖਾਂ ਨੇ ਉਹਨਾਂ ਨੂੰ ਜਿੰਦੀਆਂ ਰੱਖਦੇ ਨੇ ਤੇ ਉਹਨਾਂ ਨੂੰ ਫ੍ਰੀ ਆਫ ਕਾਸਟ ਟ੍ਰਾਂਸਪੋਰਟ ਕਰਦੇ ਨੇ ਸੋ ਮੈਂ 2012 ਤੋਂ ਲੈ ਕੇ ਹੁਣ ਤੱਕ ਪੁਨਰਜੋ ਸੰਸਥਾ ਦੇ ਨਾਲ ਪਹਿਲਾਂ ਡਿਸਟ੍ਰਿਕਟ ਕੋਆਰਡੀਨੇਟਰ ਫਿਰ ਸਟੇਟ ਕੋਆਰਡੀਨੇਟਰ ਹੁਣ ਇੰਟਰਨੈਸ਼ਨਲ ਕੋਆਰਡੀਨੇਟਰ ਦੇ ਬਤੌਰ ਸੇਵਾ ਕਰ ਰਿਹਾ ਤੁਸੀਂ ਜਦੋਂ ਆਪਣੀ ਗੱਲ ਹੋ ਰਹੀ ਸੀ ਤਾਂ ਮਹਿਰਾ ਸਾਹਿਬ ਮੈਨੂੰ ਦੱਸ ਰਹੇ ਸੀ ਕਿ ਉਹ ਅੰਤਰਰਾਸ਼ਟਰੀ ਕੋਆਰਡੀਨੇਟਰ ਨੇ ਸੰਸਥਾ ਦੇ ਤੇ ਜੋ ਤੁਸੀਂ ਅੰਤਰਰਾਸ਼ਟਰੀ ਕੋਆਰਡੀਨੇਟ ਕਹਿੰਨੇ ਹੋ ਤੇ ਇਹ ਸੰਸਥਾ ਕਿੱਥੇ-ਕਿੱਥੇ ਕੰਮ ਕਰਦੀ ਹੈ ਸਾਡੀ ਬੇਸਿਕਲੀ ਜਿਹੜੀ ਸੰਸਥਾ ਹੈਗੀ ਹੈ ਜਿੱਥੇ-ਜਿੱਥੇ ਵੀ ਸਾਡੀ ਏਸ਼ੀਅਨ ਭਾਈਚਾਰਾ ਇੰਡੀਅਨ ਪਾਕਿਸਤਾਨੀ ਬੰਗਲਾਦੇਸ਼ੀ ਜਿੱਥੇ ਵੀ ਇਹ ਲੋਕ ਸੈਟਲ ਨੇ ਉੱਥੇ ਅਸੀਂ ਕੰਮ ਕਰਦੇ ਆਂ ਜ਼ਿਆਦਾਤਰ ਇੰਗਲੈਂਡ ਦੇ ਵਿੱਚ ਕਰਦੇ ਆਂ ਆਸਟ੍ਰੇਲੀਆ 'ਚ ਕਰਦੇ ਆਂ ਅਮਰੀਕਾ 'ਚ ਕਰਦੇ ਆਂ ਕੈਨੇਡਾ 'ਚ ਕਰਦੇ ਆਂ ਜਿੱਥੇ ਸਾਡਾ ਭਾਈਚਾਰਾ ਕਾਫੀ ਆ ਕਾਰਨ ਕੀ ਹੈ ਕਿਉਂਕਿ ਜਿਹੜੀ ਸਾਡੀ ਏਸ਼ੀਅਨ ਕਮਿਊਨਿਟੀ ਆ ਅਸੀਂ ਸਪੈਸ਼ਲੀ ਇੰਡੀਅਨ ਤੇ ਪੰਜਾਬੀਆਂ ਨੇ ਰੜਕੇ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਜਿਹੜਾ ਨਾਮ ਆ ਉਹ ਰੋਸ਼ਨ ਕੀਤਾ ਬੜੀ ਮਿਹਨਤ ਕੀਤੀ ਬੜੇ ਅੱਛੇ ਬਿਜ਼ਨਸ ਹਰ ਇੱਕ ਚੀਜ਼ ਦੇ ਵਿੱਚ ਅਸੀਂ ਅੱਗੇ ਆਂ ਪਰ ਜਿਹੜੀ ਚੀਜ਼ ਦੇ ਵਿੱਚ ਅਸੀਂ ਪਿੱਛੇ ਰਹਿ ਗਏ ਉਹ ਅੰਗਦਾਨ ਵਾਲੀ ਹੈ ਦੂਸਰੀਆਂ ਕਮਿਊਨਿਟੀ ਦੇ ਮੁਕਾਬਲੇ ਜਿਹੜੀ ਬੈਮ ਕਮਿਊਨਿਟੀ ਆ ਬਲੈਕ ਤੇ ਏਸ਼ੀਅਨ ਕਮਿਊਨਿਟੀ ਅਸੀਂ ਜਿਹਨੂੰ ਕਹਿੰਦੇ ਆ ਇਹ ਕਾਫੀ ਪਿੱਛੇ ਹੈ ਚਾ ਇਸ ਲਈ ਅਸੀਂ ਲੋਕਾਂ ਨੂੰ ਮੋਟੀਵੇਸ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਅੱਛਾ ਮੈਂ ਕਿਤੇ ਪੜ ਰਿਹਾ ਸੀ ਕਹਿੰਦੇ ਜੀ ਪਾਰਸੀ ਲੋਕ ਇਦਾਂ ਦੇ ਲੋਕ ਨੇ ਜਿਹੜੇ ਹਰ ਚੀਜ਼ ਦਾ ਇਸਤੇਮਾਲ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਕਹਿੰਦੇ ਕਿ ਜਦੋਂ ਕੋਈ ਉਹਨਾਂ ਦਾ ਇਨਸਾਨ ਮਰ ਜਾਂਦਾ ਹੈ ਤਾਂ ਉਹ ਆਰਗਨ ਦਾਨ ਕਰਨ ਚ ਸਭ ਤੋਂ ਅੱਗੇ ਹੁੰਦੇ ਨੇ ਆਰਗੰਤਦਾਨ ਕਰਦੇ ਕਰਦੇ ਨੇ ਜੇ ਅੰਗਦਾਨ ਕਰਦੇ ਹੀ ਕਰਦੇ ਨੇ ਇਸ ਤੋਂ ਇਲਾਵਾ ਉਹ ਜਿਹੜੀ লাশ ਹੈ ਉਹਨੂੰ ਕਿਸੇ ਇੱਕ ਜਗ੍ਹਾ ਦੇ ਉੱਤੇ ਜਾ ਕੇ ਰੱਖ ਦਿੰਦੇ ਨੇ ਜਦੋਂ ਪੰਛੀ ਪੰਛੀਆਂ ਉਹਨੂੰ ਖਾ ਲੈਂਦੇ ਨੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਦਾ ਸੰਸਕਾਰ ਕਰਦੇ ਨੇ ਪਰ ਜਦੋਂ ਅਸੀਂ ਅਸ਼ੋਕ ਜੀ ਇੱਥੇ ਦੀ ਗੱਲ ਕਰਦੇ ਆ ਜਾਂ ਪੰਜਾਬ ਦੀ ਗੱਲ ਕਰ ਲਈਏ ਜਾਂ ਫਿਰ ਉਹਨਾਂ ਲੋਕਾਂ ਦੀ ਗੱਲ ਕਰ ਲਈਏ ਜਿਹੜੇ ਪੰਜਾਬ ਦੇ ਨੇ ਪਰ ਬਾਹਰਲੇ ਮੁਲਕਾਂ ਦੇ ਵਿੱਚ ਸੈਟਲ ਨੇ ਉਹਨਾਂ ਨੂੰ ਕਿੰਨਾ ਕਿ ਇਹਨਾਂ ਚੀਜ਼ਾਂ ਬਾਰੇ ਪਤਾ ਹੈ ਅੰਗਦਾਨ ਬਾਰੇ ਜਾਂ ਸਾਡੇ ਪੰਜਾਬੀਆਂ ਨੂੰ ਕਿੰਨਾ ਕੁ ਪਤਾ ਹੈ ਅੰਗਦਾਨ ਬਾਰੇ ਸਾਡੀ ਜਿਹੜੀ ਜਦੋਂ ਸਾਨੂੰ ਅੰਗਾਂ ਦੀ ਜ਼ਰੂਰਤ ਹੁੰਦੀ ਤਾਂ ਏਸ਼ੀਅਨ ਕਮਿਊਨਿਟੀ ਕਾਫੀ ਅੱਗੇ ਆ ਅੰਗ ਲੈਣ ਵਿੱਚ ਜੀ ਕਿਉਂਕਿ ਜਿਹੜੀ ਏਸ਼ੀਅਨ ਕਮਿਊਨਿਟੀ ਆ ਵੀ ਆਰ ਪ੍ਰੋਨ ਟੂ ਡਾਇਬੀਟਿਸ ਜੀ ਕਿਉਂਕਿ ਅਸੀਂ ਸ਼ੂਗਰ ਦਾ ਕਾਫੀ ਇਸਤੇਮਾਲ ਕਰਦੇ ਆ ਉਹ ਵੀ ਸਾਡਾ ਲਾਈਫਸਟਾਈਲ ਜਾਂ ਖਾਣਾ ਕਹਿ ਲੋ ਕਾਫੀ ਹੈਵੀ ਆ ਤੇ ਸਾਡੇ ਲੋਕਾਂ ਦੇ ਜਿਹੜੇ ਆਰਗਨ ਫੇਲਿਅਰ ਆ ਜੀ ਉਹ ਕਾਫੀ ਮਾਤਰਾ ਵਿੱਚ ਜ਼ਿਆਦਾ ਆ ਪਰ ਜਿਹੜਾ ਦਾਨ ਹੁੰਦਾ ਸਾਨੂੰ ਉਹ ਲੈਸ ਦੈਨ 1% ਆਂਦਾ ਜੀ ਹਾਲੇ ਵੀ ਕਮਿਊਨਿਟੀ ਦੇ ਵਿੱਚ ਕੋਈ ਮਿਥਸ ਕਹਿ ਲੋ ਜਾਂ ਅਵੇਰਨੈਸ ਦੀ ਕਮੀ ਕਹ ਲਓ ਵੀ ਅਸੀਂ ਬਹੁਤ ਪਿੱਛੇ ਆਂ ਜੀ ਦੂਸਰੀਆਂ ਕਮਿਊਨਿਟੀਆਂ ਦੇ ਨਾਲੋਂ ਸੋ ਇਹਦੇ ਵਿੱਚ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਆ ਫੋਰ ਏਗਜ਼ਾਮਪਲ ਇੰਡੀਆ ਵਿੱਚ 10 ਜਾਂ 15000 ਕਿਡਨੀ ਦੇ ਟ੍ਰਾਂਸਪਲੈਂਟ ਹਰ ਸਾਲ ਹੁੰਦੇ ਨੇ ਜੀ ਪਰ ਸਾਨੂੰ 1.5 ਲੱਖ ਕਿਡਨੀ ਦੀ ਲੋੜ ਆ ਜੀ ਤੁਸੀਂ ਦੇਖੋ ਗੈਪ ਕਿੱਡਾ ਵੱਡਾ ਗੈਪ ਬਹੁਤ ਵੱਡਾ ਹੈ ਜਦੋਂ ਕਿ ਇੰਡੀਆ ਦੇ ਵਿੱਚ ਜੇ ਆਪਾਂ ਅੰਕੜੇ ਦੇਖੀਏ 70 ਲੱਖ ਦੇ ਕਰੀਬ ਲੋਕ ਹਰ ਸਾਲ ਮਰਦੇ ਨੇ ਜੀ ਉਹਨਾਂ ਦੇ ਵਿੱਚੋਂ ਬ੍ਰੇਨ ਡੈਥ ਵੀ ਹੁੰਦੀਆਂ ਨੇ ਐਚੂਰ ਡੈਥ ਵੀ ਹੁੰਦੀਆਂ ਔਰ ਇਦਾਂ ਜੀ ਆਪਾਂ ਅੱਖਾਂ ਦੀ ਗੱਲ ਕਰੀਏ ਪੂਰੇ ਦੁਨੀਆ ਦੇ ਅੰਕੜੇ ਦੇਖੀ ਤੇ 4 ਕਰੋੜ ਦੇ ਲਗਭਗ ਬ্লাইন্ড ਲੋਕ ਨੇ ਜੀ ਉਹਨਾਂ ਵਿੱਚੋਂ 1.5 ਕਰੋੜ ਦੇ ਲਗਭਗ ਬ্লাইন্ড ਕੇਵਲ ਭਾਰਤ ਵਿੱਚ ਨੇ ਜੀ ਔਰ ਉਹਦੇ ਵਿੱਚੋਂ ਵੀ 20 ਤੋਂ 30 ਲੱਖ ਦੇ ਕਰੀਬ ਇਦਾਂ ਦੇ ਲੋਕ ਨੇ ਜਿਨ੍ਹਾਂ ਨੂੰ ਅੱਖਾਂ ਦੀ ਲੋੜ ਆ ਉਹਨਾਂ ਦਾ ਹੋਰ ਕੋਈ ਇਲਾਜ ਹੈ ਨਹੀਂ ਜਿਹੜੀ ਪੁਤਲੀ ਜਾਂ ਕੋਰਨੀਆ ਟਰਾਂਸਪਲੈਂਟ ਦੀ ਲੋੜ ਆ 70 ਲੱਖ ਲੋਕ ਮਰਦੇ ਨੇ ਪਰ ਅੱਖਾਂ ਸਿਰਫ 50 ਹਜ਼ਾਰ ਜਾਂ 60 ਹਜ਼ਾਰ ਦਾਨ ਹੁੰਦੀਆਂ ਨੇ ਜੀ ਬਾਕੀ ਸਾਰੀਆਂ ਸੜਕਾਂ ਸਵਾਹ ਹੋ ਜਾਨੀਆਂ ਨੇ ਵੇਸਟ ਹੋ ਜਾਂ। ਇਹ ਇਹ ਸਿਰਫ ਭਾਰਤ ਦਾ ਅੰਕੜਾ ਜਿਹੜਾ ਤੁਸੀਂ ਦੱਸ ਰਹੇ ਹੋ ਭਾਰਤ ਦਾ ਅੰਕੜਾ। ਜੀ। ਤੇ ਜਦੋਂ ਪਰ ਆਪਾਂ ਗੱਲ ਕਰਦੇ ਆ ਕਿ ਤੁਹਾਨੂੰ ਦਾਨ ਦੀ ਗੱਲ ਤੁਸੀਂ ਕਰ ਰਹੇ ਹੋ। ਇੱਥੇ ਜੇ ਪੰਜਾਬ ਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ ਜਾਂ ਭਾਰਤ ਦੇ ਕਹ ਰਿਹਾ ਕਿ ਲੋਕੀ ਕਿੰਨੇ ਇੱਕ ਜ਼ਿਆਦਾ ਹੈ ਜਾਗਰੂਕ ਨੇ। ਤੁਹਾਡਾ ਰੋਜ਼ ਵਾਹ ਪੈਂਦਾ ਹੈ ਕਿ ਕਿਵੇਂ ਦੀਆਂ ਘਟਨਾ ਹੁੰਦੀਆਂ। ਤੁਸੀਂ ਕਹਿੰਦੇ ਮਿੱਥਾਂ ਬਹੁਤ ਨੇ ਤੇ ਕਈ ਵਾਰ ਇਹ ਹੁੰਦਾ ਨਾ ਕਿ ਤੁਸੀਂ ਕਿਸੇ ਨੂੰ ਸਮਝਾਉਣ ਜਾ ਰਹੇ ਹੋ ਤੇ ਉਹ ਮੋਹਰੇ ਤੁਹਾਨੂੰ ਇਹ ਗੱਲਾਂ ਕਹਿ ਰਿਹਾ ਕਿੱਦਾਂ ਦੀਆਂ ਮਿੱਥਾਂ ਨੇ, ਕਿੱਦਾਂ ਦੀਆਂ ਫਹਾਂ ਨੇ। ਜੀ ਜਤਿੰਦਰ ਜੀ ਅਸੀਂ ਬ 8-9 ਸਾਲ ਤੋਂ ਮੈਂ ਇਕੱਲੇ ਨੇ 500 ਸੈਮੀਨਾਰ ਕੀਤੇ ਆਪਣੀ ਟੀਮ ਦੇ ਨਾਲ ਇਹ ਪੂਰੇ ਭਾਰਤ ਚ ਪੰਜਾਬ ਵਿੱਚ ਜੀ ਤੇ ਫਿਰ ਇੰਗਲੈਂਡ ਦੇ ਵਿੱਚ ਸੋਸ਼ਲ ਮੀਡੀਆ ਦੇ ਜੀ ਔਰ 15 ਚੈਨਲਾਂ ਦੇ ਉੱਪਰ ਇੰਟਰਵਿਊ ਦੇ ਮਾਧਿਅਮ ਨਾਲ ਜੇ ਅਸੀਂ ਗੱਲ ਕਰੀਏ ਲੋਕ ਕਿਉਂ ਨਹੀਂ ਦਾਨ ਕਰਨਾ ਚਾਹੁੰਦੇ ਬਹੁਤੇ ਲੋਕ ਕਹਿੰਦੇ ਨੇ ਕਿ ਅਸੀਂ Hindu ਆ ਜੀ ਸਾਡੇ Hindu ਧਰਮ ਦੇ ਵਿੱਚ ਜੇਕਰ ਕਿਸੇ ਇਨਸਾਨ ਦੀ ਪੂਰੀ ਬਾਡੀ ਦਾ ਸੰਸਕਾਰ ਨਹੀਂ ਕੀਤਾ ਤੇ ਗਤੀ ਨਹੀਂ ਹੋਣੀ ਗਤੀ ਨਹੀਂ ਹੋਣੀ ਜੇ ਅਸੀਂ ਅੱਖਾਂ ਦਾਣ ਕਰ ਦਿੱਤੀਆਂ ਤੇ ਸ਼ਾਇਦ ਅਗਲੇ ਜਨਮ ਦੇ ਵਿੱਚ ਜਦ ਕਿ Hindu ਧਰਮ ਇਹ ਨਹੀਂ ਕਹਿੰਦਾ Hindu ਧਰਮ ਇਹ ਮੰਨਦਾ ਕਿ ਜੇ ਕੋਈ ਤੁਸੀਂ দান ਕਰਦੇ ਆ ਉਹਦਾ ਤੁਹਾਨੂੰ 10 ਗੁਣਾ ਜਿਆਦਾ ਫਲ ਮਿਲਦਾ ਜੀ ਸੋ ਜੇ ਅਸੀਂ ਅੱਖਾਂ দান ਕਰਾਂਗੇ ਦੇਖਣ ਦੇ ਹਿਸਾਬ ਨਾਲ ਤਾਂ ਸਾਨੂੰ ਅਗਲੇ ਜਨਮ ਚ 10 ਅੱਖਾਂ ਮਿਲਣੀਆਂ ਚਾਹੀਦੀਆਂ ਦੂਸਰਾ Hindu ਧਰਮ ਇਹ ਵੀ ਕਹਿੰਦਾ ਕਿ ਜਿਵੇਂ ਸਿੱਖ ਧਰਮ ਕਹਿੰਦਾ ਜੀ 84 ਲੱਖ ਜੂਨ ਮੰਨ ਕੇ ਚੱਲੋ ਵੀ ਚੱਲੋ ਸਾਡੀ ਮੌਤ ਹੋ ਗਈ ਸਾਨੂੰ ਕੀ ਗਾਰੰਟੀ ਹੈ ਕਿ ਇਨਸਾਨ ਅਗਲੇ ਜਨਮ ਚ ਇਨਸਾਨ ਹੀ ਪੈਦਾ ਹੋਵੇ ਕੀ ਪਤਾ ਸ਼ਾਇਦ ਉਹਦੇ ਕਰਮ ਇਦਾਂ ਦੇ ਹੋਣ ਕਿ ਉਹ ਖੋਤਾ ਪੈਦਾ ਹੋ ਜਵੇ ਤਾਂ ਕੀ ਇੱਕ انسان ਦੀ ਅੱਖ ਉਹ ਖੋਤੇ ਨੂੰ ਲੱਗ ਸਕਦੀ ਹੈ ਬਿਲਕੁਲ ਆਮ ਜਸਟ ਹੈਵਿੰਗ ਅ ਲिटल ਯੂ نو ਬਿਲਕੁਲ ਲੌਜੀਕ ਬਿਹਾਈਂਡ ਇਟ ਸੋ ਜੇ ਉਹ ਖੁਦਾ ਪਰਮਾਤਮਾ ਇਨਸਾਨ ਜਾਂ ਮਾਲਿਕ ਸਾਨੂੰ ਪੂਰਾ ਸਰੀਰ ਦੇ ਸਕਦਾ ਨਾ ਤਾਂ ਕੀ ਸਾਨੂੰ দান ਕੀਤੀਆਂ ਅੱਖਾਂ ਨਹੀਂ ਦੇਵੇਗਾ ਕੀ ਸਾਡੇ ਜਿਹੜੇ ਆਰਗਨ ਦਾਨ ਹੋ ਗਏ ਉਹ ਨਹੀਂ ਦੇਵੇਗਾ ਜ਼ਰੂਰ ਦੇਵੇਗਾ ਇਹ ਸਾਨੂੰ ਮਿਥਸ ਤੋੜਨ ਦੀ ਲੋੜ ਹੈ ਪਰ ਸ਼ੋਕ ਜੀ ਕਿਤੇ ਨਾ ਕਿਤੇ ਇਹ Hindu ਸਮਾਜ ਦੀ ਗੱਲ ਆਉਂਦਾ ਕਿ ਜੇ ਤੁਹਾਡੀ ਕਿਸੇ ਇੱਕ ਚੀਜ਼ ਦੇ ਨਾਲ ਕਿਸੇ ਬੰਦੇ ਦੀ ਜਾਨ ਬਚਦੀ ਹੋਵੇ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਆਏਗੀ ਜਾਂ ਇਹ ਕਹਿੰਦੇ ਕਿ ਉਹਦੇ ਨਾਲ ਦਾ ਕੋਈ ਦਾਨ ਨਹੀਂ ਹੈਗਾ ਪਰ ਜਦੋਂ ਇਹ ਅੰਗਦਾਨ ਦੇ ਉੱਤੇ ਆਉਂਦਾ ਤੇ ਸਾਡੇ ਕੋਲੇ ਇਦਾਂ ਦੀਆਂ ਗੱਲਾਂ ਕਿਉਂ ਆਉਂਦੀਆਂ ਇਸ ਗੱਲਾਂ ਸਮਝਾਈਆਂ ਨਹੀਂ ਜਾਂਦੀਆਂ ਧਰਮਾਂ ਦੇ ਵਿੱਚ ਜਾਂ ਇਹ ਕਹਿੰਦੇ ਕਿ ਧਰਮ ਦੇ ਜਿਹੜੇ ਆਗੂ ਨੇ ਉਹ ਇਹਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਸਮਝਾਉਂਦੇ ਨੇ ਜਿਹੜੇ ਧਾਰਮਿਕ ਆਗੂ ਨੇ ਉਹ ਤਾਂ ਕਾਫੀ ਮੋਟੀਵੇਟ ਨੇ ਹੁਣ ਉਹ ਤੇ ਕਾਫੀ ਸਮਝਾ ਰਹੇ ਨੇ ਪਰ ਜਿਹੜੀ ਕੁਝ ਲੋਕਾਂ ਦੇ ਅੰਦਰ ਜਿਹੜੇ ਭਰਮ ਤੇ ਭਲੇਖੇ ਨੇ ਜਿਹੜੇ ਸਾਡੇ ਪਿਛਲੇ ਮਿਥ ਨੇ ਜਿਹੜੇ ਮਾਈਂਡ ਸੈਟ ਹੈ ਨਾ ਉਹਨਾਂ ਨੂੰ ਤੋੜਨ ਦੀ ਲੋੜ ਪੈਂਦੀ ਆ ਜਦੋਂ ਅਸੀਂ ਉਹਨਾਂ ਨੂੰ ਸਮਝਾ ਦਿੰਨੇ ਆ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਇੱਕ ਘਟਨਾ ਸਾਂਝੀ ਕਰਦਾ ਕਿ ਇੱਕ ਵਾਰੀ ਕਿਸੇ ਨੇ ਸਾਨੂੰ ਆਪਣੀ ਬੀਬੀ ਦੀ ਅੱਖਾਂ ਦਾਨ ਕਰਵਾਈਆਂ ਔਰ ਉਹਨਾਂ ਦੇ ਰਿਸ਼ਤੇਦਾਰ ਜਦੋਂ ਅਸੀਂ ਅੱਖਾਂ ਲੈਣ ਵੀ ਗਏ ਤਾਂ ਰਿਸ਼ਤੇਦਾਰ ਆਗੇ ਕਿ ਤੁਸੀਂ ਨਾ ਕਰੋ ਇਹਨਾਂ ਨੂੰ ਕਿਉਂ ਬੁਲਾ ਲਿਆ ਇਹ ਬੀਬੀ ਦੀ ਗਤੀ ਨਹੀਂ ਹੋਣੀ ਉਹਨਾਂ ਦਾ ਜਿਹੜਾ ਮਾਈਂਡ ਸੈਟ ਸੀਗਾ ਪਰਿਵਾਰ ਦਾ ਜਿੰਨੇ ਅੱਖਾਂ ਦਾਨ ਕਰਵਾਈਆਂ ਸੀ ਉਹ ਪਹਿਲਾਂ ਹੀ ਥੋੜਾ ਨੈਗੇਟਿਵ ਕਰ ਦਿੱਤਾ ਐਨੀ ਵੈਸੇ ਅੱਖਾਂ ਲਏ ਉਹ ਅੱਖਾਂ ਵੀ ਬੜੀਆਂ ਅੱਛੀਆਂ ਸੀਗੀਆਂ ਅਸੀਂ ਦੋ ਜਣਿਆਂ ਨੂੰ ਰੋਸ਼ਨੀ ਦੇ ਦਿੱਤੀ 트랜스플ਾਂਟ ਹੋ ਗਈ 트랜스플ਾਂਟ ਹੋ ਗਈ ਜਦੋਂ ਹੋ ਗਈਆਂ ਕੋਈ 6 ਮਹੀਨੇ ਬਾਅਦ ਉਹਨਾਂ ਦੇ ਬੇਟੇ ਦਾ ਜਿੰਨੇ ਅੱਖਾਂ ਦਾਨ ਕਰਵਾਈਆਂ ਸੀ ਮੈਨੂੰ ਫੋਨ ਆਇਆ ਉਹ ਕਹਿੰਦੇ ਮੈਂ ਤੁਹਾਨੂੰ ਮਿਲਣਾ ਚਾਹਨਾ ਅਸ਼ੋਕ ਜੀ ਮੈਂ ਕਿਹਾ ਤੁਸੀਂ ਆਜੋ ਦਫ਼ਤਰ ਉਹ ਆਏ ਤੇ ਉਹ ਮੈਨੂੰ ਕਹਿੰਦੇ ਵੀ ਸਾਨੂੰ ਨਾ ਸਾਡੀ ਬੀਬੀ ਦੀਆਂ ਅੱਖਾਂ ਵਾਪਸ ਕਰੋ ਮੈਂ ਕਹਾਂ ਉਹ ਕਿਉਂ ਕਹਿੰਦੇ ਉਹ ਭੂਤ ਬਣ ਕੇ ਨਾ ਸਾਡੇ ਘਰ ਆਂਦੀ ਆ ਉਹ ਅੱਖਾਂ ਮੰਗਦੇ ਆ ਉਹ ਅੱਖਾਂ ਵਾਪਸ ਮੰਗਣ ਆਂਦੀ ਆ ਕਿ ਉਹ ਕਹਿੰਦੀ ਵੀ ਮੈਨੂੰ ਅੱਖਾਂ ਵਾਪਸ ਕਰੋ ਸਾਨੂੰ ਉਹ ਤੰਗ ਕਰਦੀ ਆ ਜੀ ਤੇ ਮੈਂ ਉਹਨਾਂ ਨੂੰ ਚਾਹ ਦਾ ਕੱਪ ਪਿਲਾਇਆ ਤੇ ਮੈਂ ਸਮਝ ਗਿਆ ਵੀ ਇਹਨਾਂ ਦਾ ਜਿਹੜਾ ਮਾਈਂਡ ਸੈਟ ਸੀ ਨਾ ਕਿਉਂਕਿ ਉੱਥੇ ਲੋਕ ਇਦਾਂ ਦੀਆਂ ਗੱਲਾਂ ਕਰਦੇ ਸੀ ਉਹ ਜਿੱਦਾਂ ਦੀ ਅਸੀਂ ਸੋਚਦੇ ਹਾਂ ਕਈ ਵਾਰੀ ਸੁਪਨੇ ਵੀ ਸੁਪਨੇ ਵੀ ਉਹਨਾਂ ਦੇ ਆਉਂਦੇ ਨਹੀਂ ਤਾਂ ਮੈਂ ਉਹਨਾਂ ਨੂੰ ਬਿਠਾੜ ਕੇ ਕਿਹਾ ਮੈਂ ਕਿਹਾ ਤੁਸੀਂ ਇਦਾਂ ਕਰੋ ਵੀ ਤੁਸੀਂ ਮੇਰੇ ਤੋਂ ਬਹੁਤੀ ਦੂਰ ਨਹੀਂ ਰਹਿੰਦੇ ਜੀ ਵੀ ਹੁਣ ਜਦੋਂ ਮਾਤਾ ਦਿਵਾਰੇ ਆਊਗੀ ਨਾ ਤੁਹਾਡੇ ਕੋਲ ਤੁਸੀਂ ਮੇਰਾ ਐਡਰ ਜੇ ਡੀ ਦੂਰੋਂ ਤੁਹਾਡੇ ਕੋਲੇ ਪਹੁੰਚ ਸਕਦੀ ਆ ਤਾਂ ਮੇਰੇ ਘਰ ਵੀ ਪਹੁੰਚ ਸਕਦੀ ਤੁਸੀਂ ਕਿਉਂ ਵੀ ਉਹਨਾਂ ਕੋਲ ਅੱਖਾਂ ਪਈਆਂ ਨੇ ਉੱਥੋਂ ਜਾ ਕੇ ਲੈ ਲਓ ਜੀ ਤੇ ਉਸ ਤੋਂ ਬਾਅਦ ਨਾ ਤਾਂ ਉਹ ਬੀਬੀ ਭੂਤ ਮੇਰੇ ਕੋਲੇ ਆਈ ਤੇ ਨਾ ਹੀ ਬੇਟਾ ਆਇਆ ਵਾਪਸ ਤੇ ਦੁਬਾਰਾ ਤੁਸੀਂ ਕੰਟੈਕਟ ਕਰਕੇ ਪੁੱਛਿਆ ਮੈਂ ਨਹੀਂ ਪੁੱਛਿਆ ਉਹ ਆਈ ਨਹੀਂ ਵਾਪਸ ਮੇਰੇ ਕੋਲੇ ਸੋ ਮਾਈਂਡ ਸੈਟ ਆ ਉਹ ਸਮਝ ਗਿਆ ਗੱਲ ਨੂੰ ਗੱਲ ਨੂੰ ਸਮਝ ਗਿਆ ਹੈਨਾ ਇਸ ਸਮਝ ਆਉਣ ਦੀ ਗੱਲ ਆ ਮੈਂ ਸਾਡੇ ਦੇਖਣ ਵਾਲਿਆਂ ਨੂੰ ਇਹ ਦੱਸਦਾ ਕਿ ਪੰਜਾਬ ਦੇ ਵਿੱਚ ਅਕਸਰ ਜਿਹੜਾ ਹੈ ਪੋਸਟਮਾਰਟਮ ਤੋਂ ਕਬਰਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਹਦਾ ਕੋਈ ਸਵਾਦ ਨਹੀਂ ਰਹਿਣਾ ਉਹਨਾਂ ਨੇ ਚੀਰ ਫਾੜ ਕਰਕੇ ਅੰਗ ਕੱਢ ਲੈਣ ਕਿੰਨਾ ਕਿਤੇ ਗੱਲ ਉੱਥੇ ਮੁੱਕਦੀ ਹੈ ਕਿ ਅਸੀਂ ਜਾਗਰੂਕ ਨਹੀਂ ਹੈਗੇ ਅਫਵਾਹਾਂ ਬਹੁਤ ਨੇ ਬੀਬੀ ਦੁਬਾਰਾ ਆ ਜਾਂਦੀ ਹੈ ਅੱਛਾ ਜਦੋਂ ਤੁਸੀਂ ਲੋਕਾਂ ਨੂੰ ਸਮਝਾਉਣ ਦੀ ਗੱਲ ਕਰਦੇ ਹੋ ਔਸ਼ੋਕ ਜੀ ਤੇ ਔਖਾ ਕੀ ਹੁੰਦਾ ਕਿਸ ਪੱਖ ਕੇ ਸਭ ਤੋਂ ਜ਼ਿਆਦਾ ਔਖਾ ਆ ਪੰਜਾਬ ਦਾ ਕਿਹੜਾ ਏਰੀਆ ਜਿੱਥੇ ਲੋਕੀ ਬਹੁਤ ਹੀ ਘੱਟ ਅੰਗਦਾਨ ਕਰਦੇ ਆ ਜਾਂ ਮੰਨਦੇ ਨਹੀਂ ਹੈਗੇ ਵੈਸੇ ਤਾਂ ਪੂਰੇ ਏਰੀਆ 'ਚ ਗੱਲ ਕਰੀਏ ਕਿ ਘੱਟ ਹੈ ਪਰ ਜਿੱਥੇ ਤੁਹਾਨੂੰ ਲੱਗਦਾ ਹੋਵੇ ਕਿ ਇੱਥੇ ਇਸ ਵਿੱਚ ਕੋਈ ਇਲਾਕਾ ਵਿਸ਼ੇਸ਼ਤਾ ਨਹੀਂ ਜੀ ਜਿੱਦਾਂ ਕਈ ਵਾਰੀ ਲੋਕ ਕਹਿੰਦੇ ਆ ਨਾ ਕਿ ਜੇ ਅਨਪੜ੍ਹ ਲੋਕ ਨੇ ਜਾਂ ਪੜ੍ਹੇ ਲਿਖੇ ਲੋਕ ਨੇ ਉਹ ਜੀ ਇਹ ਡਿਫਰੈਂਸ ਨਹੀਂ ਕਈ ਵਾਰੀ ਤਾਂ ਪੜੇ ਲਿਖੇ ਲੋਕ ਵੀ ਜਿਹੜੇ ਨੇ ਉਹ ਜ਼ਿਆਦਾ ਰਿਸਰਚ ਕਰਦੇ ਨੇ ਤਾਂ ਨਹੀਂ ਕਰਵਾਉਂਦੇ ਕਈ ਵਾਰੀ ਜਿਹੜੇ ਜਿਹੜੇ ਸਾਡੇ ਲੋਕ ਪੜੇ ਲਿਖੇ ਨਹੀਂ ਹੈ ਉਹਨਾਂ ਨੂੰ ਇਨੀਸ਼ੀਅਲੀ ਥੋੜਾ ਜਿਹਾ ਮੋਟੀਵੇਟ ਕਰਨਾ ਔਖਾ ਪਰ ਜਦੋਂ ਹੋ ਜਾਂਦੇ ਨੇ ਮੋਟੀਵੇਟ ਫਿਰ ਦੇਨ ਦੇ ਵਿਲ ਮੇਕ ਬਲੰਟ ਡਿਸੀਜਨ ਸਟ੍ਰੇਟ ਵੇ ਬਣਾ ਦਿੰਦੇ ਨੇ ਮੈਂ ਥੋੜਾ ਜਿਹਾ ਤਾਂ ਅੰਕੜੇ ਸ਼ੇਅਰ ਕਰਦਾ ਜੀ ਕਿ ਅਸੀਂ ਸੰਸਥਾ ਜਿਹੜੀ ਸਾਡੀ ਸੰਸਥਾ ਹੁਣ ਤੱਕ 7000 ਤੋਂ ਉੱਪਰ ਅੱਖਾਂ ਦਾਨ ਚ ਲੈ ਕੇ ਆਈ ਆ ਜੀ ਔਰ ਉਹਦੇ ਵਿੱਚੋਂ ਅਸੀਂ 5000 ਤੋਂ 200 ਅੱਖਾਂ ਜਿਹੜੀਆਂ ਸਾਡੇ ਪੁਨਰਜੋਦ ਦੇ ਡਾਇਰੈਕਟਰ ਨੇ ਡਾਕਟਰ ਰਮੇਸ਼ ਜੀ ਉਹ ਬਿਲਕੁਲ ਮੁਫਤ ਲੋਕਾਂ ਦਾ ਕੋਰਨੀਆ ਟ੍ਰਾਂਸਪਲੈਂਟ ਕਰ ਚੁੱਕੇ ਨੇ ਬਿਲਕੁਲ ਮੁਫਤ ਔਰ ਸਾਡੀ ਨਾਰਥ ਇੰਡੀਆ ਦੀ ਇਹ ਜਿਹੜੀ ਸੰਸਥਾ ਨਾ ਲੀਡਿੰਗ ਸੰਸਥਾ ਹੈਗੀ ਆ ਔਰ ਅੱਖਾਂ ਦਾਨ ਕੌਣ ਕਰ ਸਕਦਾ ਇੱਕ ਸਾਲ ਦੇ ਬੱਚੇ ਤੋਂ ਲੈ ਕੇ 100 ਸਾਲ ਦੇ ਬਜ਼ੁਰਗ ਤੱਕ ਦੀਆਂ ਅੱਖਾਂ ਦਾਨ ਹੋ ਸਕਦੀਆਂ ਉਹਦੇ ਅੱਖਾਂ ਤੇ ਐਨਕ ਲੱਗੀ ਹੋਵੇ ਉਹਦਾ ਚਿੱਟੇ ਮੋਤੀ ਦਾ ਜਿਹਨੂੰ ਅਸੀਂ ਕੈਟਰ ਕਹਿੰਨੇ ਆਪਰੇਸ਼ਨ ਹੋਇਆ ਹੋਵੇ ਤਾਂ ਵੀ ਅੱਖਾਂ ਜੇ ਅੱਖ ਪਾਈ ਵੀ ਹੋਵੇ ਤਾਂ ਵੀ ਦਾ ਕਿਸੇ ਦੀ ਅੱਖ ਮਿਲੀ ਹੋਵੇ ਤਾਂ ਵੀ ਅੱਖਦਾਨ ਹੋ ਸਕਦੀ ਪਰ ਅੱਖਾਂ ਸਿਰਫ ਮਰਨ ਤੋਂ ਬਾਅਦ ਹੀ ਦਾਨ ਹੁੰਦੀਆਂ ਰਹੀ ਗੱਲ ਅੰਗਦਾਨ ਦੀ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਅੰਗਦਾਨ ਮਰੇ ਬੰਦੇ ਦੇ ਨਹੀਂ ਹੁੰਦੇ ਜੀ ਇਹ ਲੋਕ ਕਹਿੰਦੇ ਨੇ ਜੀ ਮੇਰੇ ਕੋਲ ਲੋਕ ਆਉਂਦੇ ਨੇ ਅਸੀਂ ਅੱਖਾਂ ਨਹੀਂ ਦਾਨ ਕਰਨੀਆਂ ਮੈਰਾ ਜੀ ਜਦੋਂ ਸਾਡਾ ਜਦੋਂ ਸਾਡੀ ਮੌਤ ਹੋਈ ਨਾ ਸਾਡਾ ਪੂਰਾ ਸਰੀਰ ਹੀ ਕਰ ਲੈ ਜੀ ਪਰ ਜਦੋਂ ਅਸੀਂ ਸਰੀਰ ਬਣ ਜਾਂਦੇ ਹਾਂ ਤੇ ਸਾਡਾ ਕੋਈ ਅੰਗ ਲੱਗਣ ਯੋਗ ਨਹੀਂ ਰਹਿੰਦਾ ਜਿਹੜਾ ਅਸੀਂ ਬਾਡੀ ਡੋਨੇਟ ਕਰਦੇ ਹਾਂ ਉਹ ਸਿਰਫ ਐਜੂਕੇਸ਼ਨਲ ਰਿਸਰਚ ਲਈ ਕਰਦੇ ਹਾਂ ਰਿਸਰਚ ਲਈ ਹੁੰਦੇ ਅੰਗਦਾਨ ਕਦੋਂ ਹੁੰਦੇ ਨੇ ਜਦੋਂ ਸਾਡੀ ਬ੍ਰੇਨ ਡੈਥ ਹੁੰਦੀ ਜੀ ਡੈਥ ਦੋ ਤਰ੍ਹਾਂ ਦੀਆਂ ਨੋਰਮਲੀ ਤਾਂ ਡੈਥ ਕਈ ਤਰ੍ਹਾਂ ਦੀ ਆ ਕਈ ਲੋਕਾਂ ਦਾ ਖਲਾਕ ਹੀ ਮਰਿਆ ਹੋਇਆ ਉਹਨਾਂ ਨੂੰ ਵੀ ਅਸੀਂ ਮਰੇ ਹੋਏ ਸਮਝਦੇ ਹਾਂ ਬਿਲਕੁਲ ਸੋ ਜਦੋਂ ਸਾਡੀ ਬ੍ਰੇਨ ਡੈਥ ਹੁੰਦੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਸਾਡਾ ਬ੍ਰੇਨ ਕੰਮ ਕਰਨਾ ਬੰਦ ਕਰ ਦਿੰਦਾ ਸਾਰੀ ਦੁਨੀਆ ਤੇ ਅੱਜ ਤੱਕ ਜਿਹਦੀ ਵੀ ਬ੍ਰੇਨ ਡੈਥ ਹੋਈ ਹੈ ਮੁੜ ਕੇ ਕਦੀ ਜਿੰਦਾ ਨਹੀਂ ਹੋ ਸਕਦਾ ਸੋ ਨੂੰ ਹਸਪੀਟਲ ਦੇ ਵਿੱਚ ਅਸੀਂ ਕੀ ਕਰਦੇ ਹਾਂ ਬਾਡੀ ਨੂੰ ਵੈਂਟੀਲੇਟਰ ਦੇ ਉੱਪਰ ਆਕਸੀਜਨ ਦੇ ਕੇ ਉਹਦੇ ਅੰਗ ਸਾਰੇ ਜਿੰਦੇ ਰੱਖਦੇ ਹਾਂ ਜਿੰਦੇ ਰੱਖਦੇ ਹਾਂ ਜਦੋਂ ਵੈਂਟੀਲੇਟਰ ਬੰਦ ਕਰ ਦਈਏ ਵਿਥਿਨ 20 ਮਿੰਟਸ ਜਾਂ ਜਦੋਂ ਸਾਡੀ ਮੌਤ ਹੋ ਜਵੇ ਹਾਰਟ ਬੰਦ ਹੋ ਜਵੇ ਵਿਥਿਨ 20 ਮਿੰਟਸ ਸਾਡੇ ਜਿਹੜੇ ਆਰਗਨ ਕਿਸੇ ਕੰਮ ਦੇ ਨਹੀਂ ਉਹ ਆਰਗਨ ਵਰਤੇ ਨਹੀਂ ਜਾ ਸਕਦੇ ਨਹੀਂ ਜਾਂਦੇ ਸੋ ਉਸ ਦੌਰਾਨ ਪਰਿਵਾਰ ਨੂੰ ਮੋਟੀਵੇਟ ਕੀਤਾ ਜਾਂਦਾ ਕਿ ਇਹਦੀ ਕਿਡਨੀ ਇਹਦਾ ਲੀਵਰ ਨੌ ਦੇ ਕਰੀਬ ਉਹ ਅੰਗਦਾਨ ਹੋ ਸਕਦੇ ਨੇ ਜਾਂ ਫਿਰ ਅਸੀਂ ਜਿੰਦੇ ਜੀ ਜਿੰਦੇ ਜੀ ਅਸੀਂ ਕਦੋਂ ਕਰ ਸਕਦੇ ਹਾਂ ਜਿਹੜਾ ਇੰਡੀਆ ਦਾ ਕਾਨੂੰਨ ਹੈ वर्ल्ड ਦਾ ਕਾਨੂੰਨ ਥੋੜਾ ਡਿਫਰੈਂਟ ਆ ਭਾਰਤੀ ਕਾਨੂੰਨ ਦੇ ਅਨਸਾਰ ਬਲੱਡ ਰਿਲੇਸ਼ਨ ਦੇ ਵਿੱਚ ਅਸੀਂ ਕਿਡਨੀ ਦਾਨ ਕਰ ਸਕਦੇ ਜੇ ਜ਼ਰੂਰਤ ਪਵੇ ਲੀਵਰ ਆਪਣਾ ਕੁਝ ਲੀਵਰ ਦਾ ਹਿੱਸਾ 50 60% ਅਸੀਂ ਦਾਨ ਕਰ ਸਕਦੇ ਆਪਣੇ ਪਰਿਵਾਰ ਵਿੱਚ ਪਹਿਲਾਂ ਆਪਾਂ 12ਵੀਂ ਕਰ ਸਕਦੇ ਸੀ ਪਰ ਕਿਉਂਕਿ ਇੱਥੇ ਕੁਝ ਬਿਜ਼ਨਸ ਜਾਂ ਕੁਝ ਪ੍ਰੋਬਲਮ ਆਈਆਂ ਇਸ ਕਰਕੇ ਨਹੀਂ ਹੋ ਪਾਇਆ ਸੋ ਇਸ ਕਰਕੇ ਨਾ ਇਹ ਸਾਨੂੰ ਸਮਝਣਾ ਪਊਗਾ ਜੀ ਕਿ ਬ੍ਰੇਨ ਡੈਥ ਤੇ ਜਿਹੜੀ ਆਪਣੀ ਨੈਚੁਰਲ ਡੈਥ ਦੇ ਵਿੱਚ ਪਰ ਜਿਹੜੀਆਂ ਅੱਖਾਂ ਨੇ ਜੀ ਅੱਖਾਂ ਜਿਹੜੀਆਂ ਘਰ ਦੇ ਵਿੱਚ ਨੇਚਰਲ ਡੈਥ ਤੋਂ ਬਾਅਦ ਵੀ ਦਾਨ ਹੋ ਜਾਂਦੀਆਂ ਕਿਉਂਕਿ ਇਹ ਜਿਹੜਾ ਆ ਜਿਹੜਾ ਸਾਡਾ ਕਾਲਾ ਪਾਟ ਅੱਖ ਦਾ ਇਹਦੇ ਉੱਪਰ ਇੱਕ ਛਿੱਲੀ ਆ ਜੀ ਜਿਵੇਂ ਆਪਣੀ ਛਾਲਣੀ ਹੁੰਦੀ ਆ ਆਟੇ ਵਾਂਗ ਜੀ ਇਹਦੇ ਉੱਪਰ ਉਹ ਜਿਹੜੀ ਛਿੱਲੀ ਆ ਜੀ ਉਹ ਕਈ ਵਾਰੀ ਖਰਾਬ ਹੋ ਜਾਂਦੀ ਐਕਸੀਡੈਂਟ ਕਰਕੇ ਜਾਂ ਡਿਜ਼ੀਜ਼ਸ ਕਰਕੇ ਜਾਂ ਇਨਫੈਕਸ਼ਨ ਕਰਕੇ ਆਪਾਂ ਕੀ ਕਰਦੇ ਆ ਉਹੀ ਪਾਟ ਜਿਹੜਾ ਇੰਨਾ ਹੀ ਕੱਟ ਕੇ ਉੱਪਰ ਲਾਉਂਦੇ ਆ ਬਾਕੀ ਅੱਖ ਠੀਕ ਹੁੰਦੀ ਆ ਪਿੱਛੇ ਜੀ ਸੋ ਉਹਦੇ ਨਾਲ ਜਿਹੜੀ ਅੱਖ ਦਾ ਪਾਰਟ ਆ ਇਹਨੂੰ ਪਿੱਛੇ ਇਹਦੇ ਇੱਕ ਕੈਪਟੀ ਹੁੰਦੀ ਆ ਜਿਹਦੇ ਵਿੱਚ ਵਾਟਰ ਹੁੰਦਾ ਜੀ ਇਹ 6 ਤੋਂ 8 ਘੰਟੇ ਤੱਕ ਮਰਨ ਤੋਂ ਬਾਅਦ ਵੀ ਉਹ ਪਾਣੀ ਦੇ ਵਿੱਚੋਂ ਜਿਹੜੇ ਮਿਨਰਲਸ ਵਗੈਰਾ ਲੈ ਕੇ ਉਹ ਇਹਨੂੰ ਜਿੰਦਾ ਰੱਖ ਦਿੰਦੇ ਆ ਬਿਲਕੁਲ ਇਹ ਇਹ দান ਕੀਤੀ ਜਾ ਸਕਦੀ ਅਸ਼ੋਕੀ ਗੱਲਾਂ ਅਸੀਂ ਹੋਰ ਵੀ ਤੁਹਾਡੇ ਨਾਲ ਕਰਨੀਆਂ ਨੇ ਪਰ ਇੱਕ ਬ੍ਰੇਕ ਤੇ ਉਕਦੇ ਆ ਇੱਥੇ ਮਿਲਦੇ ਆ ਇਸ ਬ੍ਰੇਕ ਤੋਂ ਬਾਅਦ ਦੇਖਦੇ ਰਹੋ ਪੰਜਾਬ ਮੇਲ ਯੂ ਐਸ ਏ ਦੁਨੀਆ ਨੂੰ ਜਾਣੋ ਪੰਜਾਬ ਮੇਲ ਯੂ ਐਸ ਏ ਚੈਨਲ ਦਿਨਾ संसार भर दबर जानने की डूंगाई तक पहुंचने रोज वेखो पंजाब मेल अखबारनामा सिर्फ पंजाब मेल यूएसए चैनल ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਪ੍ਰੋਗਰਾਮ ਚੱਲ ਰਿਹਾ ਪੰਜਾਬ ਚਰਚਾ ਮੇਰੇ ਨਾਲ ਅਸ਼ੋਕ ਮੈਰਾ ਨੇ ਜਿਹੜੇ ਕਿ ਅੰਗਦਾਨ ਦੇ ਉੱਤੇ ਗੱਲ ਕਰ ਰਹੇ ਨੇ ਅਸ਼ੋਕ ਜੀ ਜਦੋਂ ਅਸੀਂ ਗੱਲ ਕਰਦੇ ਹਾਂ ਅੰਗਦਾਨ ਦੀ ਤੁਸੀਂ ਅੱਖਾਂ ਬਾਰੇ ਗੱਲ ਕਰ ਰਹੇ ਸੀ ਕਿ ਅੱਖਾਂ ਜਿਹੜੀਆਂ ਨੇ ਉਮਰਨ ਤੋਂ ਬਾਅਦ ਵੀ ਦਾਨ ਕੀਤੀਆਂ ਜਾ ਸਕਦੀਆਂ ਨੇ ਇੱਕ ਸਾਲ ਤੋਂ ਲੈ ਕੇ ਬਹੁਤ ਉਮਰ ਤੱਕ ਜਿਹੜੀਆਂ ਨੇ ਤੁਸੀਂ ਕਿਹਾ ਕਿ ਅੱਖਾਂ ਦਾਨ ਹੋ ਸਕਦੀਆਂ ਨੇ ਪਰ ਇਹ ਸਾਇੰਸ ਦਾ ਨਹੀਂ ਕਹਿੰਦੇ ਨੇ ਕਿ ਅੱਖ ਦਾ ਸਾਈਜ਼ ਉਨਾ ਹੀ ਰਹਿੰਦਾ ਹੈ ਜਿੰਨਾ ਜਨਮ ਤੋਂ ਹੁੰਦਾ ਹੈ ਤੇ ਮੇਰਾ ਸਵਾਲ ਤੁਹਾਨੂੰ ਇਹ ਸੀਗਾ ਕਿ ਜਿਹੜਾ ਬੱਚੇ ਦੀ ਅੱਖ ਹੈ ਉਹ ਕਿਸੇ ਵੀ ਉਮਰ ਦੇ ਵਿਅਕਤੀ ਲਈ ਵਰਤੀ ਜਾ ਸਕਦੀ ਹੈ ਜਾਂ ਕਿਵੇਂ ਹੈ ਬਹੁਤ ਹੀ ਅੱਛਾ ਸਵਾਲ ਹੈ ਬਹੁਤੇ ਲੋਕ ਜਦੋਂ ਅਸੀਂ ਫਾਰਮ ਭਰਦੇ ਆ ਤਾਂ ਉਹ ਕਹਿੰਦੇ ਜੀ ਮੈਂ ਤਾਂ ਨਹੀਂ ਫਾਰਮ ਭਰਨਾ ਮੈਂ ਤਾਂ ਬਜ਼ੁਰਗ ਆ ਮੈਨੂੰ ਤਾਂ ਦੀਦਾ ਨਹੀਂ ਜੀ ਕੁਝ ਲੋਕ ਕਹਿੰਦੇ ਨੇ ਕਿ ਤੁਸੀਂ ਬੱਚਿਆਂ ਨੂੰ ਕਿਉਂ ਕਹਿੰਦੇ ਹੋ ਇਦਾਂ ਦੀਆਂ ਗੱਲਾਂ ਪਰ ਜਿਵੇਂ ਤੁਸੀਂ ਪਹਿਲਾਂ ਵੀ ਆਪਾਂ ਬ੍ਰੇਕ 'ਚ ਗੱਲ ਕਰਦੇ ਸੀ ਕਿ ਮੌਤ ਇੱਕ ਇੱਕੋ ਇੱਕ ਟਾਲ ਜਿਹੜਾ ਸੱਚ ਹੈ ਨਾ ਜੀ ਉਹ ਮੌਤ ਆ ਮੌਤ ਆ ਸੋ ਜਿਹੜੀਆਂ ਬੱਚੇ ਦੀਆਂ ਅੱਖਾਂ ਹੁੰਦੀਆਂ ਨੇ ਜਾਂ ਨੌਜਵਾਨ ਦੀਆਂ ਅੱਖਾਂ ਹੁੰਦੀਆਂ ਨੇ ਉਹਨੂੰ ਅਸੀਂ ਗ੍ਰੇਡ A ਕਾਰਨੀਆ ਕਹਿੰਦੇ ਆ ਜੀ ਜੋ ਜਿੱਦਾਂ ਬਾਕੀ ਚੀਜ਼ਾਂ ਦੇ ਨਾਲ ਸਾਡੀ ਬਾਡੀ ਵੋਨ ਆਊਟ ਹੁੰਦੀ ਹੈ ਏਦਾਂ ਹੀ ਸਾਡੀ ਜਿੱਦ ਜਿੱਦ ਅਸੀਂ ਬਜ਼ੁਰਗ ਹੁੰਨੇ ਸਾਡੀ ਅੱਖਾਂ ਦੀ ਨਿਗਾ ਘਟਦੀ ਆ ਸੋ ਇੱਕ ਬੱਚੇ ਦੀਆਂ ਅੱਖਾਂ ਇੱਕ ਬਜ਼ੁਰਗ ਨੂੰ ਲੱਗ ਸਕਦੀਆਂ ਇੱਕ ਮਾਤਾ ਦੀਆਂ ਅੱਖਾਂ ਫੀਮੇਲ ਦੀਆਂ ਮੇਲ ਨੂੰ ਲੱਗ ਸਕਦੀਆਂ ਸੋ ਇਹ ਕੋਈ ਨਹੀਂ ਹੈਗਾ ਕਿਉਂਕਿ ਆਪਾਂ ਸਿਰਫ ਉਹ ਇਨਾ ਪਾਰਟ ਜਿਹੜਾ ਬਲੈਕ ਪਾਰਟ ਆ ਨਾ ਇਹਦਾ ਸਾਈਜ਼ ਆਲਮੋਸਟ ਸੇਮ ਹੀ ਹੁੰਦਾ ਮੈਂ ਹੋਰ ਤੁਹਾਡੇ ਨਾਲ ਇੱਕ ਅੱਛੀ ਗੱਲ ਸਾਂਝੀ ਕਰਦਾ ਕਿ ਇੱਕ ਇਨਸਾਨ ਦੀਆਂ ਅੱਖਾਂ ਨਾਲ ਅਸੀਂ ਦੋ ਜਣਿਆਂ ਨੂੰ ਰੋਸ਼ਨੀ ਦਿੰਨੇ ਸੋ ਇੰਗਲੈਂਡ ਦੇ ਵਿੱਚ ਅੱਜ ਕੱਲ ਗਰਾਫਟਿੰਗ ਜਦੋਂ ਕਰਦੇ ਨੇ ਉਹ ਚਾਰ-ਚਾਰ ਜਣਿਆਂ ਨੂੰ ਵੀ ਕਰ ਦਿੰਦੇ ਨੇ ਕਿ ਉਹਨਾਂ ਹੀ ਪਾਰਟ ਉਹਦਾ ਰਿਮੂਵ ਕਰਦੇ ਨੇ ਜਿੰਨੇ ਦੀ ਜ਼ਰੂਰਤ ਹੁੰਦੀ ਹੈ ਜਿੰਨੇ ਦੀ ਜ਼ਰੂਰਤ ਸੋ ਅੱਗੇ ਟੈਕਨੋਲੋਜੀ ਇਹ ਆ ਰਹੀ ਹੈ ਕਿ ਆਪਾਂ ਦੋ ਤੋਂ ਵੱਧ ਵੀ ਕਿਸੇ ਨੂੰ ਰੋਸ਼ਨੀ ਦੇ ਸਕਦੇ ਹਾਂ ਜੀ ਇਹ ਕਿਤੇ ਨਾ ਕਿਤੇ ਮੈਂ ਦੇਖਣ ਵਾਲਿਆਂ ਨੂੰ ਵੀ ਦੱਸਾਂ ਕਿ ਪੰਜਾਬ ਦੀ ਗੱਲ ਕਰੀਏ ਜਦੋਂ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਜਿਹੜੀਆਂ ਅਸੀਂ ਬੇਸਿਕ ਹੈਲਥ ਸੇਵਾਵਾਂ ਨੇ ਉਹਨਾਂ ਦੇ ਉੱਤੇ ਕਮੀ ਲੱਭਦੇ ਆਂ ਅਸ਼ੋਕ ਜੀ ਕਿੰਨਾ ਕੁ ਔਖਾ ਆ ਪੰਜਾਬ ਵਰਗੇ ਇਲਾਕਿਆਂ 'ਚ ਜਾਂ ਭਾਰਤ ਵਰਗੇ ਇਲਾਕਿਆਂ 'ਚ ਆਰਗਨ ਨੂੰ ਸੁਰੱਖਿਅਤ ਰੱਖਣਾ ਮਰਨ ਤੋਂ ਬਾਅਦ ਲੋਕਾਂ ਨੂੰ ਸਮਝਾਉਣਾ ਕਿਉਂਕਿ ਸਾਡੇ ਕੋਲੇ ਇੱਥੇ ਮੁੱਖ ਢਾਂਚਾ ਜੇ ਕਹ ਲਈਏ ਕਿ ਬੇਸਿਕ ਢਾਂਚਾ ਸਾਡੇ ਕੋਲੇ ਇੱਥੇ ਬਹੁਤ ਕਮੀ ਹੈ ਇੱਥੇ ਤਾਂ ਸਾਡੇ ਕੋਲੇ ਜੇ ਕਹ ਲਈਏ ਕਿ ਹੁਣ ਜੇ ਕੋਰੋਨਾ ਚੱਲ ਰਿਹਾ ਹੈ ਤਾਂ ਇਹਦੀ ਕੋਈ ਮੈਨੇਜਮੈਂਟ ਨਹੀਂ ਹੈਗੀ ਅੰਗਦਾਨ ਤਾਂ ਬਹੁਤ ਦੂਰ ਦੀ ਗੱਲ ਅਸੀਂ ਕਰ ਲੈਨੇ ਆਂ ਕਿ ਜਦੋਂ ਕੋਈ ਬੁਖਾਰ ਚੜਦਾ ਹੈ ਜਾਂ ਕੁਝ ਹੋਰ ਹੋ ਜਾਂਦਾ ਹੈ ਉਦੋਂ ਦੀ ਪ੍ਰੋਪਰ ਕੇਅਰ ਨਹੀਂ ਹੁੰਦੀ ਇਹ ਇੱਕ ਸਿਸਟਮ ਦਾ ਕਿੱਡਾ ਕੁ ਵੱਡਾ ਹੱਥ ਹੁੰਦਾ ਹੈ ਕਿਸੇ ਦੇਸ਼ ਤੇ ਬਹੁਤ ਵੱ ਕਿਉਂਕਿ ਦੇਖੋ ਇੱਥੇ ਹਾਲੇ ਤਾਂ ਅਸੀਂ ਜਿਹੜਾ ਫੇਜ਼ ਆ ਜੀ ਅਸੀਂ ਅਵੇਰਨੈਸ ਫੇਜ਼ 'ਚ ਆ ਜੀ ਕਿਉਂਕਿ ਜਿਹੜਾ ਸਾਡਾ ਇਨਫਰਾਸਟ੍ਰਕਚਰ ਪਿੱਛੇ ਫਿਰ ਬਿਲਡ ਕਰਨ ਦੀ ਲੋੜ ਆ ਕਿਉਂਕਿ ਜਦੋਂ ਲੋਕ ਜਾਗਰੂਤ ਹੋਣਗੇ ਜੀ ਤਾਂ ਫਿਰ ਸਾਡੇ ਕੋਲ ਜਲੰਧਰ ਦੇ ਵਿੱਚ ਤਾਂ ਕੋਈ ਸਿਸਟਮ ਹੀ ਨਹੀਂ ਜਿੱਥੇ ਆਰਗਨਦਾਨ ਹੋ ਜਾਣਾ ਤੱਖਾਂ ਤਾਂ ਅਸੀਂ ਚਲੋ ਘਰੋਂ ਲੈ ਆਉਣੇ ਜਾ ਕੇ ਸਾਡੀ ਪੂਰੀ ਟੀਮ ਪੰਜਾਬ ਵਿੱਚ ਕੰਮ ਕਰਦੀ ਆ ਜਦੋਂ ਸਾਨੂੰ ਕੋਲ ਆਉਂਦੀ ਆ ਸਾਡਾ ਪੂਰਾ ਸੈਟਅਪ ਆ ਅਸੀਂ ਘਰ ਤੋਂ ਲੈ ਆਉਨੇ ਆ ਰੋਡ ਤੋਂ ਵੀ ਲੈ ਆਉਨੇ ਆ ਪੋਸਟਮਾਰਟਮ ਜਿੱਥੇ ਉੱਥੋਂ ਲੈ ਆਉਂਦੇ ਆ ਪਰ ਜਿਹੜੇ ਆਰਗਨ ਨੇ ਉਹ ਤਾਂ ਸਾਨੂੰ ਮੇਜਰ ਹਸਪੀਟਲ ਦੇ ਵਿੱਚ ਹੀ ਹੋ ਸਕਦੇ ਨੇ ਉਹ ਸਾਡੇ ਕੋਲ ਚੰਡੀਗੜ੍ਹ ਪਸੈਂਟੀ ਆ ਜਾਂ ਦਿੱਲੀ ਦੇ ਵਿੱਚ ਆ ਜਾਂ ਫਿਰ ਸਾਨੂੰ ਇਹਦੇ ਤੇ ਵੀ ਬੜਾ ਜ਼ੋਰ ਦੇਣਾ ਪਊਗਾ ਕਿਉਂਕਿ ਜੇ ਦੇਖਣ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਬਾਹਰਲੇ ਮੁਲਕਾਂ ਦੇ ਬਰਾਬਰ ਅਸੀਂ ਇੰਡੀਆ ਦੀ ਗੱਲ ਕਰੀਏ ਜੀ ਤਾਂ এডਿਕੇਸ਼ਨ ਤੇ ਹੈਲਥ케ਅਰ ਦੇ ਜਿਹੜੇ ਫੰਡਿੰਗ ਆ ਉਹ ਬਹੁਤ ਘਟਿਆ ਬਹੁਤ ਘਟਿਆ ਉਹਨੂੰ ਸਾਨੂੰ ਬਹੁਤ ਇਨਕਰੀਜ਼ ਕਰਨ ਦੀ ਲੋੜ ਆ ਕਿਉਂਕਿ ਅੱਜ ਅਸੀਂ ਜਦੋਂ ਅਵੇਰਨੈਸ ਫੇਜ਼ ਦੇ ਵਿੱਚ ਜਾ ਰਹੇ ਆਂ ਤੇ ਲੋਕ ਅਵੇਅਰ ਜਦੋਂ ਹੋ ਗਏ ਜੀ ਫਿਰ ਲੋਕ ਦਾਨ ਕਰਨਗੇ ਤੇ ਫਿਰ ਨਹੀਂ ਤੇ ਆਰਗਨ ਵੇਸਟ ਜਾਣਗੇ ਵੇਸਟ ਜਾਣਗੇ ਸੋ ਸਾਨੂੰ ਇਸ ਕਰਕੇ ਉਹ ਵੀ ਪਿੱਛੇ ਬੈਕਅਪ ਤੇ ਸਰਕਾਰ ਨੂੰ ਪਲਾਨ ਕਰਨੀ ਚਾਹੀਦੀ ਆ ਵਾਕੇ ਜਦੋਂ ਕਿਸੇ ਦੀ ਮੌਤ ਹੁੰਦੀ ਆ ਉਹ ਟਾਈਮ ਸਾਡੇ ਕੋਲੇ ਬਹੁਤ ਥੋੜਾ ਹੁੰਦਾ ਆ ਕਿ ਰਿਸ਼ਤੇਦਾਰ ਹੋਣੇ ਹੁੰਦੇ ਨੇ ਇੱਕ ਤੋਂ ਬੜੇ ਭਾਵਕ ਅਸੀਂ ਹੋਏ ਹੁੰਦੇ ਆ ਸਾਡਾ ਆਪਣਾ ਕੋਈ ਸਾਨੂੰ ਛੱਡ ਕੇ ਚਲਾ ਗਿਆ ਹੁੰਦਾ ਜਦ ਤੁਸੀਂ ਕਿਹਾ ਕਿ ਬਹੁਤ ਜ਼ਰੂਰੀयत ਹੈ ਕਿ ਸਾਡੇ ਜਿੱਥੇ ਆਰਗਨ ਅਸੀਂ ਰੱਖਣੇ ਆ ਅੰਗ ਰੱਖਣੇ ਆ ਉਹ ਵੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਹੁਣ ਇਹ ਕਿੱਦਾਂ ਪੋਸੀਬਲ ਹੋ ਸਕਦਾ ਜੇ ਕਿਸੇ ਨੇ ਆਪਣੇ ਪੂਰੇ ਅੰਗਦਾਨ ਕੀਤੇ ਨੇ ਤੇ ਉਹਦਾ ਸਮਾਂ ਜਿਹੜਾ ਹੈ ਤੁਹਾਨੂੰ ਲੱਗਦਾ ਕਿ ਬਹੁਤ ਕੀਮਤੀ ਹੁੰਦਾ ਹੈ ਜਿੱਥੋਂ ਤੱਕ ਅੱਖਾਂ ਦੀ ਗੱਲ ਹੈ ਨਾ ਸਾਡੇ ਕੋਲ ਉਹ ਅੱਖਾਂ ਜਿਹੜੀਆਂ 5 ਤੋਂ 7 ਦਿਨ ਤੱਕ ਜੀਂਦੀਆਂ ਨੇ ਜੀ ਕਿਉਂਕਿ ਅਸੀਂ ਉਹਨਾਂ ਨੂੰ ਪ੍ਰੀਜ਼ਰਵ ਕਰ ਲੈਨੇ ਹਾਂ ਪਰ ਜਿੱਥੇ ਤੱਕ ਆਰਗਨ ਦਾ ਹੈ ਨਾ ਉਹ ਵਿਦਨ ਆਵਰ ਜੂ ਨੀਡ ਟੂ ਟ੍ਰਾਂਸਪਲੈਂਟ ਯੂ ਕਾਂਟ ਕੀਪ ਇਟ ਕਿਡਨੀ ਹਾਰਟ ਵਗੈਰਾ ਵੱਧ ਤੋਂ ਵੱਧ 72 ਆਵਰ 48 ਆਵਰ 24 ਆਵਰ ਦੇ ਵਿੱਚ ਕਿਉਂਕਿ ਸਾਨੂੰ ਹੈਲੀਕਾਪਟਰ ਜਾਂ ਹੋਰ ਫੈਸਿਲਿਟੀ ਦੇ ਰਾਹੀਂ ਜਿੱਥੇ ਪੇਸ਼ੈਂਟ ਹੈ ਉੱਥੇ ਪਹੁੰਚਾਉਣੇ ਹੁੰਦੇ ਨੇ ਜੀ ਸੋ ਇਸ ਕਰਕੇ ਇਹ ਬਹੁਤ ਜਿਹੜੀ ਤੁਸੀਂ ਗੱਲ ਇਹ ਕਹੀ ਹੈ ਵੀ ਜਦੋਂ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਰੋਡ ਐਕਸੀਡੈਂਟ ਹੋ ਗਿਆ ਜੀ ਅਸੀਂ ਟੀਵੀ ਤੇ ਕੈਰੀ ਬੈਠੇ ਉਹਨੇ ਦੇਖਦੇ ਆਂ ਅਸੀਂ ਚਾਰ ਜਣੇ ਉੱਠ ਕੇ ਕਹਿੰਨੇ ਚਲੋ ਵੀ ਮੋਟੀਵੇਸ਼ਨ ਕਰਨ ਚਲੀਏ ਛੋਟੀ ਜੀ ਇੱਕ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਗੱਲ ਕਿ ਕਿੰਨਾ ਔਖਾ ਜੀ ਕਿਸੇ ਨੌਜਵਾਨ ਦੀ ਮੌਤ ਹੋਈ ਸੀ ਲੁਧਿਆਣੇ 25 ਸਾਲ ਦਾ ਰੋਡ ਐਕਸੀਡੈਂਟ ਹੋਇਆ ਤੇ ਅਸੀਂ ਉਹ ਨਿਊਜ਼ ਦੇਖ ਕੇ ਚਲੇ ਗਏ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਚਲੋ ਅਫਸੋਸ ਕੀਤਾ 2 ਮਿੰਟ ਹਸਪੀਟਲ ਦੇ ਵਿੱਚ ਹੀ ਸੀਗੀ ਬੋਡੀ ਅਸੀਂ ਕਿਹਾ ਵੀ ਤੁਸੀਂ ਅੱਖਾਂ ਦਾ ਨੂੰ ਸਾਡੇ ਨਾਲ ਬੜਾ ਭਾਵੁਕ ਹੋ ਗਏ ਸਾਨੂੰ ਗੁੱਸੇ ਵੀ ਹੋਏ ਕਈਆਂ ਨੇ ਤੇ ਕਿਹਾ ਕਿ ਇੱਕੇ ਸਾਡਾ ਮੁੰਡਾ ਚਲ ਗਿਆ ਤੁਸੀਂ ਹੁਣ ਅੱਖਾਂ ਕੱਢਣ ਆ ਗਏ ਸੋ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਕਈ ਵਾਰੀ ਗਾਲਾਂ ਵੀ ਖਾਣੀਆਂ ਪੈਂਦੀਆਂ ਪਰ ਜਦ ਤੁਸੀਂ ਸੇਵਾ ਚੋਂ ਤਾਂ ਤੁਸੀਂ ਇਹ ਦੇਖਦੇ ਹੋ ਕਿ ਉਹ ਤਾਂ ਬੈਨੀਫਿਟ ਕੀ ਆ ਮੇਰੇ ਮੂਰੇ ਉਹ ਬਲਾਈਂਡ ਬੱਚੇ ਬੈਠੇ ਹੁੰਦੇ ਨੇ ਜਿਹੜੇ ਵੇਟ ਕਰਕੇ ਮੈਨੂੰ ਪੁੱਛਦੇ ਨੇ ਕਿ ਮੈਰਾ ਜੀ ਕੋਈ ਅੱਖ ਆਈ ਮੈਰਾ ਜੀ ਕੋਈ ਅੱਖ ਆਈ ਮੈਂ ਉਹ ਦੇਖਦਾ ਕਿ ਉਹਨਾਂ ਨੂੰ ਸ਼ਾਇਦ ਰੋਸ਼ਨੀ ਨਹੀਂ ਮਿਲ ਜਾਈ ਰੋਸ਼ਨੀ ਨਹੀਂ ਮਿਲ ਜਾਈ ਸੋ ਅਸੀਂ ਕੀ ਕੀਤਾ ਨਾ ਉਹ ਡਾਕਟਰ ਸਾਹਿਬ ਨੇ ਕਿਹਾ ਕਿ ਬੋਡੀ ਦੀ ਹਾਲਤ ਬਹੁਤ ਖਰਾਬ ਆ ਵੀ ਘਰ ਲੈ ਜਾਣ ਵਾਲੀ ਨੇ ਇਹਨੂੰ ਸਿੱਧੇ ਤੁਸੀਂ ਸੰਸਕਾਰ ਕਰ ਲੈ ਜਾਓ ਅਸੀਂ ਵੀ ਐਂਬੂਲੈਂਸ ਲੈ ਕੇ ਸੰਸਕਾਰ ਕਰ ਪਹੁੰਚ ਗਏ ਉੱਥੇ ਜਿਹੜੇ ਭਾਈ ਸੀਗੇ ਜਿਹੜੇ ਅੰਤਮ ਅਰਦਾਸ ਕਰਨ ਲੱਗੇ ਉਹ ਨਹੀਂ ਸਾਡੀ ਐਂਬੂਲੈਂਸ ਦੇਖੀ ਜੀ ਜਦੋਂ ਨਹੀਂ ਸਾਡੀ ਐਂਬੂਲੈਂਸ ਦੇਖੀ ਤਾਂ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਵੀ ਕੌਣ ਲੋਕ ਨੇ ਉਹ ਕਹਿੰਦੇ ਇਹ ਦੱਸ ਦੇ ਨੇ ਵੀ ਬੱਚੇ ਦੀਆਂ ਅੱਖਾਂ ਹਲੇ ਜਿੰਦੀਆਂ ਨੇ ਉਹ ਕਹਿੰਦੇ ਵੀ ਸਾਡੇ ਧਰਮ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਸੇਵਾ ਕਰਨ ਨੂੰ ਸਾਨੂੰ ਪ੍ਰੇਰਿਤ ਦੇ ਨੇ ਜੀ ਆਪਾਂ ਤਾਂ ਇਹ ਬੋਡੀ ਦੇ ਨਾਲ ਸੜ ਕੇ ਹੋਣੀ ਸਵਾਹ ਹੋ ਜਾਣਗੀਆਂ ਵੀ ਤੁਸੀਂ ਕਰਾਓ ਦਾਨ ਤੁਸੀਂ ਮੰਨਦੇ ਹੋ ਉਸ ਭਾਈ ਦੀ ਜੀ ਪ੍ਰੇਰਣਾ ਸਦਕੇ ਉਸ ਪਰਿਵਾਰ ਨੇ ਉਸ ਦਿਨ ਉਥੋਂ ਅੱਖਾਂ ਦਾਨ ਕਰਵਾਈਆਂ ਸੋ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਉਹ ਅੱਖਾਂ ਦੋ ਸਿਵਿਆਂ ਦੇ ਵਿੱਚੋਂ ਸਾਡੇ ਨਾਲ ਉੱਠ ਕੇ ਤੁਰ ਪਈਆਂ ਸੋ ਕਈ ਵਾਰੀ ਇਮੋਸ਼ਨ ਹਾਈਜ਼ ਨੇ ਬਟ ਯੂ ਥਿੰਕ ਕਿ ਗੋਲ ਤੁਹਾਡਾ ਕੀ ਆ ਗੋਲ ਕੀ ਆ ਬਾਕੀ ਉਹ ਹਰ ਚੀਜ਼ ਜਿਹੜੀ ਹੈ ਉਹਨੂੰ ਸੰਭਾਲ ਕੇ ਰੱਖਣਾ ਜਾਂ ਬੜੇ ਸੁਚੱਜੇ ਢੰਗ ਦੇ ਨਾਲ ਇੱਕ ਦੂਸਰੇ ਨੂੰ ਦੱਸਣਾ ਪਰ ਤੁਹਾਨੂੰ ਲੱਗਦਾ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਇੱਕ ਸਾਡੇ ਕੋਲੇ ਡੋਨਰ ਵੀ ਹੋਣਾ ਚਾਹੀਦਾ ਤੇ ਜਿਹੜਾ ਹੈ ਜਿੰਨੂੰ ਅਸੀਂ ਦੇਣਾ ਹੈ ਉਹ ਵੀ ਹੋਣਾ ਚਾਹੀਦਾ ਤੇ ਇਹ ਸਾਰੀ ਪ੍ਰਕਿਰਿਆ ਘੰਟੇ 'ਚ ਹੋਣੀ ਚਾਹੀਦੀ ਆ ਹਨਾ ਔਰ ਹਵਾਈ ਹੈਲੀਕਾਪਟਰ ਨਾਲ ਪਹੁੰਚਣੀ ਚਾਹੀਦੀ ਆ ਇਹ ਭਾਰਤ ਵਰਗੇ ਮੁਲਕ 'ਚ ਕਿਤੇ ਸੰਭਵ ਹੈ ਸੰਭਵ ਹੈ ਜੀ ਇਹ ਮੈਂ ਮੈਂ ਪਹਿਲੀ ਤੋਂ ਮੰਨਦਾ ਕਿ ਕੁਝ ਵੀ ਸੰਭਵ ਹੈ ਨਹੀਂ ਸੰਭਵ ਹੋਣ ਦਾ ਸੰਭਵ ਹੋ ਸਕਦਾ ਇੱਥੇ ਕੀ ਹੈ ਕਿ ਸਾਨੂੰ ਸਾਡਾ ਇੰਟਰਸਟ ਦਿਲਚਸਪੀ ਸਾਡੀ ਜਿਹੜਾ ਸਾਡਾ ਢਾਂਚਾ ਹੈ ਸਾਡਾ ਜਿਹੜਾ ਜੂਥ ਹੈ ਆਉਣ ਵਾਲਾ ਜੂਥ ਹੈ ਕਿਉਂਕਿ ਸਾਨੂੰ ਜਿਹੜਾ ਸੇਵਾ ਜੀ ਕਰਨ ਦੇ ਤਰੀਕੇ ਤੌਰ ਤਰੀਕੇ ਬਦਲਨੇ ਪੈਣਗੇ ਔਰ ਸਾਡੀ ਸੋਚ ਬਦਲਨੀ ਪਊਗੀ। ਅਸ਼ੋਕ ਜੀ ਮੈਂ ਤੁਹਾਨੂੰ ਮਾਫ ਕਰਨਾ ਮੈਂ ਇੱਕ ਗੱਲ ਕਹਿ ਰਹੇ ਹਾਂ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਸਿਸਟਮ ਦੀ ਤੁਸੀਂ ਕਿਹਾ ਕਿ ਘੰਟੇ ਦੇ ਅੰਦਰ ਅੰਦਰ ਉਹ ਟ੍ਰਾਂਸਪਲੈਂਟ ਵੀ ਹੋ ਜਾਣੇ ਚਾਹੀਦੇ ਨੇ ਪਰ ਇਹ ਇਹ ਉਹ ਮੁਲਕ ਹੈ ਜਿੱਥੇ ਕਿਸੇ ਪਾਰਕਿੰਗ ਦੇ ਵਿੱਚ ਜੱਚਾ ਬੱਚਾ ਜਿਹੜੇ ਨੇ ਉਹ ਜਾਣ ਗਵਾ ਜਾਂਦੇ ਨੇ ਕਿਸੇ ਥੈਲੇਸੀਮੀਆ ਛੋਟੇ ਜਵਾਕ ਨੂੰ ਜਿਹੜਾ ਹੈ ਐਚ ਆਈ ਵੀ ਪੋਜ਼ਿਟਿਵ ਜਿਹੜਾ ਬਲੱਡ ਦੇ ਦਿੱਤਾ ਜਾਂਦਾ ਹੈ ਇਦਾਂ ਦੇ ਸਿਸਟਮ ਦੇ ਵਿੱਚ ਕਿੱਦਾਂ ਪੋਸੀਬਲ ਹੈ ਤੁਹਾਨੂੰ ਲੱਗਦਾ ਨਹੀਂ ਕਿ ਸਿਸਟਮ ਨੂੰ ਜਿਹੜਾ ਹੈ ਕੁਝ ਨਾ ਕੁਝ ਸੁਧਾਰਨ ਦੀ ਲੋੜ ਹੈ ਜਾਗਰੂਕ ਤੇ ਨਾਲ ਨਾਲ ਸਿਸਟਮ ਵੀ ਜਾਗਰੂਕ ਹੋਣਾ ਜ਼ਰੂਰੀ ਮੈਂ ਇੱਥੇ ਆ ਰਿਹਾ ਸੀਗਾ ਕਿ ਮੈਂ ਤੁਹਾਡਨਾਂ ਇਹੀ ਸ਼ੇਅਰ ਕਰਨ ਲੱਗਾ ਸੀ 16 ਦੇ ਵਿੱਚ ਇੱਕ ਬੰਦਾ ਸੇਵਾ ਕਰਦਾ ਸੀ ਜੀ ਤੇ ਉਹ ਡਿੱਗ ਪਿਆ ਅਸੀਂ ਉਹਦੇ ਪੀਜੀਐਚ 'ਚ ਫੋਨ ਕੀਤਾ ਜੀ ਉੱਥੋਂ ਹੈਲੀਕਾਪਟਰ ਗਿਆ ਜੀ ਔਰ ਉਹਦੇ ਪੀਜੀਆਈ ਦੇ ਵਿੱਚ ਜਿਹੜੇ ਸੀਗੇ ਅੰਗ ਲੈ ਕੇ ਹਾਂਜੀ ਔਰ ਉਹ ਕੋਲਕਾਤਾ ਭੇਜੇਗਾ ਜੀ ग्रीन कॉरिडोर बनाई गई हां जी इत्थे भी संभव है बट यू नीड टू हैव अ विल पावर यू नीड टू हैव अ सिस्टम इन प्लेस जी यू नीड टू हैव अ जूथ इंटरेस्ट जी पॉसिबल है पर ਸਾਡਾ ਇੰਟਰਸਟ ਨਹੀਂ ਹਾਲ ਇੰਟਰਸਟ ਇੰਟਰਸਟ ਕਿਹਨਾਂ ਦਾ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਨੂੰ ਲੋੜ ਆ ਜਿਹੜਾ ਕੋਈ ਬੰਦਾ ਰੋਜ਼ ਡਾਇਲਿਸਿਸ ਕਰਵਾ ਰਿਹਾ ਉਹਦੇ ਪੇਰੈਂਟਸ ਉਹਨੂੰ ਉਹਦੇ ਬੱਚਿਆਂ ਨੂੰ ਉਹਨੂੰ ਪਤਾ ਕਿ ਇਹਦੀ ਕਿਉਂ ਜ਼ਰੂਰਤ ਹੈ ਔਰ ਉਹ ਲੋਕ ਇੱਕ ਦਿਨ ਇਹ ਸਿਸਟਮ ਜ਼ਰੂਰ ਬਣਾਉਣਗੇ ਵਕਈ ਗੱਲ ਇਹ ਹੈ ਕਿ ਜਿਹਨੂੰ ਲੋੜ ਹੈ ਹਜੇ ਉਹਨੂੰ ਹੀ ਲੱਗਦਾ ਹੈ ਕਿ ਇਹ ਚੀਜ਼ ਦੀ ਜ਼ਰੂਰਤ ਹੈ ਪਰ ਕਿਤੇ ਨਾ ਕਿਤੇ ਉਹੀ ਗੱਲ ਹੈ ਨਾ ਕਿ ਸਿਸਟਮ ਜਿਹੜਾ ਹੈ ਦੋਨੋਂ ਬੰਨੇ ਸੁਧਰਨ ਦੀ ਜ਼ਰੂਰਤ ਹੈ ਤੁਸੀਂ ਬਹੁਤ ਸਿਰ ਤੋਂ ਇਸ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਹੋ ਇਸ ਖੇਤਰ 'ਚ ਕੰਮ ਕਰ ਰਹੇ ਹੋ ਕਦੇ ਤੁਹਾਨੂੰ ਲੱਗਿਆ ਹੋਵੇ ਕਿ ਤੁਹਾਨੂੰ ਕਿੱਦਾਂ ਦਾ ਜਿਹੜਾ ਹੰਗਾਰਾ ਮਿਲ ਰਿਹਾ ਹੈ ਸਰਕਾਰੀ ਅਫਸਰਾਂ ਦੇ ਕੋਲੋਂ ਕਦੀ ਪੋਜ਼ਿਟਿਵ ਮਿਲਿਆ ਜਾਂ ਕਦੀ ਨੈਗੇਟਿਵ ਮਿਲਿਆ ਤੇ ਜੇ ਪੋਜ਼ਿਟਿਵ ਜ਼ਿਆਦਾ ਆਇਆ ਤਾਂ ਉਹ ਵੀ ਦੱਸੋ ਜੇ ਨੈਗੇਟਿਵ ਜ਼ਿਆਦਾ ਹੈ ਤਾਂ ਉਹ ਵੀ ਦੱਸੋ ਇਸ ਡਿਪੈਂਡ ਔਨ ਪਰਸਨਲ ਅਫੀਸਰ ਜੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਕਈ ਸਾਨੂੰ ਇਦਾਂ ਦੇ ਅਫਸਰ ਮਿਲੇ ਆ ਮੈਡੀਕਲ ਖੇਤਰ ਦੇ ਵਿੱਚ ਜਿਨ੍ਹਾਂ ਨੇ ਬੜੀ ਸਪੋਰਟ ਕੀਤੀ ਸਾਨੂੰ ਪਰ ਕਈ ਇਦਾਂ ਦੇ ਵੀ ਸਾਨੂੰ ਅਫਸਰ ਮਿਲੇ ਆ ਜਿਨ੍ਹਾਂ ਨੇ ਕੋਈ ਸਪੋਰਟ ਨਹੀਂ ਕੀਤੀ ਜਿੰਦਾ ਮੰਨ ਲਓ ਆਪਾਂ ਕੋਈ ਆਰਗਨ ਡੋਨੇਸ਼ਨ ਡੇ ਬਣਾਉਣਾ ਜਾਂ ਆਈ ਡੋਨੇਸ਼ਨ ਡੇ ਬਣਾਉਣਾ ਤਾਂ ਉਹਨਾਂ ਦਾ ਕੋਈ ਇੰਟਰਸਟ ਨਹੀਂ ਪਰ ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਦੇ ਕੋਲ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਸਾਨੂੰ ਪਲਾਸੀ ਦੀ ਲੜਾਈ ਪੜਾਈ ਜਾਂਦੇ ਨੇ ਜੀ ਕੁਰੂਖੇਤਰ ਦੀ ਲੜਾਈ ਪੜਾਈ ਜਾਂਦੇ ਨੇ ਮੁਗਲ ਰਾਜ ਸਾਨੂੰ ਸਾਰਾ ਕੁਝ ਪੜਾਉਂਦੇ ਨੇ ਕੀ 10+2 ਦੇ ਜਿਹੜਾ ਸਾਡਾ ਕਲਾਸ ਆ ਉਹਦੇ ਵਿੱਚ ਅਸੀਂ ਅੰਗਦਾਨ ਅੱਖਾਂਦਾਨ ਸਰੀਰਦਾਨ ਤੇ ਖੂਨਦਾਨ ਦਾ ਇੱਕ ਵਿਸ਼ਾ ਨਹੀਂ ਪੜਾ ਸਕਦੇ ਜੀ ਕਿਉਂਕਿ ਜਿਹੜਾ ਜੂਥ ਆ ਜਦੋਂ ਬੱਚਾ ਆਪ ਪੜ੍ਹੇਗਾ ਜੀ ਉਹਨੂੰ ਡੀਟੇਲ ਚ ਪੜਾਇਆ ਜਾਵੇ ਸਾਰਾ ਬਿਲਕੁਲ ਔਰ ਉਹ ਜਾ ਕੇ ਆਪਣੀ ਫੈਮਿਲੀ ਨੂੰ ਔਰ 10 ਬੰਦਿਆਂ ਨੂੰ ਮੋਟੀਵੇਟ ਕਰੇਗਾ ਜੀ ਇਸੇ ਤਰ੍ਹਾਂ ਡਰਾਈਵਿੰਗ ਸਾਡੇ ਇੰਗਲੈਂਡ ਦੇ ਵਿੱਚ ਡਰਾਈਵਿੰਗ ਲਾਇਸੈਂਸ ਤੇ ਦਰਜ ਆ ਜੀ ਕਿ ਜਦੋਂ ਤੁਹਾਡੀ ਮੌਤ ਹੁੰਦੀ ਲਾਈਕ ਯੂ ਸੈੱਡ ਕਿ ਇਟਸ ਵੈਰੀ ਕ੍ਰੂਸ਼ਲ ਹੈਨਾ ਟਾਈਮਿੰਗ ਬੜੀ ਕ੍ਰੂਸ਼ਲ ਹੈ ਉਹ ਸਭ ਤੋਂ ਪਹਿਲਾਂ ਲੋਕ ਤੁਹਾਡਾ ਬਟੂਆ ਕੱਢ ਕੇ ਦੇਖਦੇ ਨੇ ਉਹ ਚ ਉੱਤੇ ਲਿਖਿਆ ਹੁੰਦਾ ਉਹ ਕਿਸੇ ਨੂੰ ਨਹੀਂ ਪੁੱਛਦੇ ਜੀ ਇੰਗਲੈਂਡ ਨੇ ਇਦਾਂ ਦਾ ਕਾਨੂੰਨ ਬਣਾ ਦਿੱਤਾ ਹੋਰ ਵੀ ਕਈ ਕੰਟਰੀਆਂ ਨੇ ਹਾਲੈਂਡ ਵਗੈਰਾ ਨੇ ਗ੍ਰੀਸ ਵਗੈਰਾ ਨੇ ਜੀ ਕਿ ਜੇ ਨੇ ਅੰਗਦਾਨ ਨਹੀਂ ਕਰਨੇ ਉਹ ਫਾਰਮ ਭਰੇ ਜੀ ਅਦਰਵਾਈਜ਼ ਆਟੋਮੈਟਿਕਲੀ एवरीवन बॉडीਜ਼ ਆਰਗਨ ਵਿਲ ਬੀ ਡੋਨੇਟਿਡ ਯੂ ਨੀਡ ਟੂ ਆਪਟ ਆਊਟ ਕਿ ਮੈਂ ਨਹੀਂ ਕਰਨਾ ਮੈਂ ਨਹੀਂ ਕਰਨਾ ਚਾਹੁੰਦਾ ਹੈਨਾ ਸੋ ਇੱਥੇ ਵੀ ਹੌਲੀ ਹੌਲੀ ਸਿਸਟਮ ਇਦਾਂ ਦੇ ਲਿਆਏ ਜਾਣ ਤਾਂ ਆਪਾਂ ਇਹ ਚੀਜ਼ ਨੂੰ ਕਰ ਸਕਦੇ ਜਿਵੇਂ ਬਾਤ ਗੱਲ ਕਰੀ ਜਾਵੇ ਤਾਂ ਅਸੀਂ ਪੰਜਾਬੀ ਬੜੇ ਨਡਰ ਹੁੰਨੇ ਆਂ ਦਾਨ ਲਈ ਹਮੇਸ਼ਾ ਅੱਗੇ ਹੁੰਨੇ ਆਂ ਪਰ ਜੇ ਸਾਨੂੰ ਪਤਾ ਹੋਵੇ ਤਾਂ ਸਾਡਾ ਟਾਈਮ ਜਿਹੜਾ ਹੈ ਉਹ ਘੜੀਆਂ ਦੀਆਂ ਸੂਈਆਂ ਕਹਿ ਰਹੀਆਂ ਕਿ ਸਾਨੂੰ ਇੱਥੇ ਹੀ ਰੁਕਣਾ ਪੈਣਾ ਤੁਸੀਂ ਜਾਂਦੇ ਹੋਏ ਸਾਡੇ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਇੱਕ ਸੰਦੇਸ਼ ਦੇ ਕੇ ਜ਼ਰੂਰ ਜਾਓ ਮੇਰਾ ਸੰਦੇਸ਼ ਇਹੀ ਹੈ ਜੀ ਵੀ ਇਹ ਸਾਡਾ ਜਿਹੜਾ ਭਾਰਤ ਪੰਜਾਬ ਜਿੱਥੇ ਅਸੀਂ ਪੈਦਾ ਹੋਏ ਆਂ ਜਦੋਂ ਵੀ ਅਸੀਂ ਇੱਥੋਂ ਕਿਤੇ ਬਾਹਰ ਜਾਂਦੇ ਆਂ ਠੀਕ ਹੈ ਤੁਸੀਂ ਆਪਣੇ ਕੰਮ ਕਰ ਕਰੋ ਆਪਣੀ ਜ਼ਿੰਦਗੀ 'ਚ ਸਫਲ ਹੋਵੋ ਪਰ ਤੁਸੀਂ ਜਿਹੜੀਆਂ ਆਪਣੀ ਰੂਟਸ ਆ ਉਹਦੇ ਨਾਲ ਜੁੜੇ ਰਹੋ ਤੇ ਕੋਈ ਨਾ ਕੋਈ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਇੱਕ ਬੰਦਾ ਇੱਕ ਬੰਦੇ ਦਾ ਸੋਚ ਲਵੇ ਕਿ ਮੈਂ ਉਹਦੀ ਜ਼ਿੰਦਗੀ ਦੇ ਵਿੱਚ ਨਾ ਕੁਝ ਚੇਂਜ ਲਿਆਉਣੀ ਆ ਬਹੁਤਾ ਵੱਡਾ ਗੋਲ ਸੈੱਟ ਕਰਨ ਦੀ ਲੋੜ ਨਹੀਂ 1 ਪਰਸਨ ਕੈਨ ਮੇਕ ਅ ਡਿਫਰੈਂਸ ਇਨ ਟੂ 1 ਪਰਸਨਸ ਲਾਈਫ ਥਿਸ ਇਜ਼ ਮਾਈ ਮੈਸੇਜ ਪੰਜਾਬ ਮੇਲ ਯੂ ਐਸ اے ਸਾਡੇ ਨਾਲ ਸੀ ਅਸ਼ੋਕ ਮੈਰਾ ਇਹਨਾਂ ਦਾ ਕਹਿਣਾ ਹੈ ਕਿ ਬੰਦਾ ਹੀ ਬੰਦੇ ਦਾ دارو ਬਣਦਾ ਹੈ ਜੇ ਤੁਸੀਂ ਕੁਝ ਚੰਗਾ ਕਰਨਾ ਚਾਹੁੰਦੇ ਹੋ ਜ਼ਰੂਰੀ ਨਹੀਂ ਕਿ ਅੰਗਦਾਨ ਹੈ ਬਹੁਤ ਕੁਝ ਹੋਰ ਵੀ ਹੋ ਸਕਦਾ ਹੈ ਪਰ ਜੇ ਅੰਗਦਾਨ ਹੈ ਤੇ ਮਹਾਦਾਨ ਹੈ